ਤੇ ਹਾਂਜੀ ਯਾਰ ਗਾਈਜ਼ ਕਿੱਦਾਂ ਫਿਰ ਕੀ ਹਾਲ ਚਾਲ ਗਾਈਜ਼ ਠੀਕ ਠਾਕ ਹੋ ਸਾਰੇ ਵੀਰ ਭਰਾ ਵੈਲਕਮ ਬੈਕ ਟੂ ਚੈਨਲ ਗਾਈਜ਼ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਅੱਜ ਫੇਰ ਇੱਕ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆ ਗਏ ਆ ਬਹੁਤ ਦੇਰ ਬਾਅਦ ਵਲੌਗ ਆਂਦੇ ਸਾਡਾ ਸਾਨੂੰ ਵੀ ਪਤਾ ਵਾ ਉਹ ਫਿਰ ਤੁਹਾਨੂੰ ਪਤਾ ਪਲੱਸ 2 ਦੇ ਪੇਪਰ ਚਿੰਨੇ ਬਿਜ਼ੀ ਹੋ ਗਏ ਰਿਜ਼ਲਟ ਆ ਗਿਆ ਗਾਈਜ਼ ਹੁਣ ਬਾਬਾ ਦੀ ਕਿਰਪਾ ਹੋ ਗਈ ਆ ਵਧੀਆ ਰਿਜ਼ਲਟ ਆ ਗਿਆ ਵਾ ਬਸ ਹੁਣ ਤੁਹਾਡੇ ਨਾਲ ਹੀ ਆਪਾਂ ਤੇ ਗਾਈਜ਼ ਆਪਣਾ ਸੀਰੀਜ਼ ਦਾ ਵੀ ਸ਼ੂਟ ਚੱਲਦਾ ਪਿਆ ਵਾ ਉੱਤੇ ਕਾਪੀਰਾਈਟ ਕਾਤੋਂ ਆਇਆ ਉਹ ਤੁਹਾਨੂੰ ਅੱਗੇ ਦੱਸਾਂਗੇ ਤੇ ਅੱਜ ਆਪਣਾ ਹੈਗਾ ਫੂਡ ਵਲੌਗ ਠੀਕ ਹੈ ਸਾਰੇ ਵੀਰ ਭਰਾ ਇੰਜੋਏ ਕਰਿਓ ਤੇ ਜਿਹੜੀ ਜਿਹੜੀ ਆਪਾਂ ਲੋਕੇਸ਼ਨ ਦੱਸਾਂਗੇ ਔਰ ਐਡਰੈਸ ਡਿਸਕ੍ਰਿਪਸ਼ਨ ਵੀ ਹੈਗਾ ਵਾ ਤੇ ਚੱਕ ਜ਼ਰੂਰ ਕਰਿਓ ਜਾ ਕੇ ਤੇ ਗਾਈਜ਼ ਮਿਲਦੇ ਹਾਂ ਤੁਹਾਨੂੰ ਆਪਾਂ ਸਭ ਤੋਂ ਪਹਿਲਾਂ ਚੱਲੇ ਹੁਣ ਕੁਲਚਾ ਖਾਣ ਇੱਥੋਂ ਦੀ ਸਭ ਤੋਂ ਮਸ਼ਹੂਰ ਦੁਕਾਨ ਹੈਗੀ ਆ ਰਾਮ ਪੈਟੀ ਕੁਲਚਾ ਸਿੰਪਲ ਕੁਲਚਾ ਨਹੀਂ ਖਾਣਾ ਆਪਾਂ ਪੈਟੀ ਕੁਲਚਾ ਖਾਣਾ ਦਰਬਾਰ ਸਾਹਿਬ ਲੱਗੇ ਪੈਟੀ ਕੁਲਚੇ ਨਾ ਨਾ ਸਿੰਪਲ ਕੁਲਚੇ ਨਹੀਂ ਉੱਥੇ ਸੀਰੀਜ਼ ਦਾ ਜੋ ਵੀ ਸਾਡੇ ਕੋਲ ਮਲਕੀ ਹਿਸਾਬ ਕਿਤਾਬ ਹੋਇਆ ਤੁਹਾਨੂੰ ਆਪਾਂ ਵੀਡੀਓ ਦੇ ਐਂਡ ਤੱਕ ਦੱਸਾਂਗੇ ਤੇ ਸਾਡੇ ਨਾਲ ਐਂਡ ਤੇ ਬਣੇ ਰਹੋ ਆਪਾਂ ਮੇਨ ਕਲਿੱਪਾਂ ਤੁਹਾਡੇ ਨਾਲ ਸ਼ੋਅ ਕਰਨੀਆਂ ਵਾ ਸਾਂਝੀਆਂ ਕਰਨੀਆਂ ਵਾ ਤੇ ਚਲੋ ਆਪਾਂ ਕੁਲਚੇ ਵਾਲੇ ਚੱਲਦੇ ਆਂ ਆਪਾਂ ਜ਼ਿਆਦਾ ਲੰਬਾ ਨਹੀਂ ਕਰਨਾ ਵਲੌਗ ਸਾਰੇ ਵੀਰ ਭਰਾ ਐਂਡ ਤੱਕ ਜੁੜੇ ਰਹੋ ਤੇ ਸਕਿਪ ਨਾ ਕਰਿਓ ਗਾਈਸ ਕਿਤੇ ਵੀ ਆਪਾਂ ਦੇ ਸਕਦੇ ਇਨਫੋਰਮੇਸ਼ਨ ਠੀਕ ਹੈ ਜੀ ਮਿਲਦੇ ਤੁਹਾਨੂੰ ਚਲੋ ਗਾਈਸ You're a liar, liar. Your heart's on fire, fire. ਹਾਂਜੀ ਗਾਈਜ਼ ਆਪਾਂ ਪਹੁੰਚ ਚੁੱਕੇ ਹਾਂ ਕਹਿੰਦੇ ਪੈਟੀ ਕੁਲਚਿਆਂ ਦੇ 9 ਤੋਂ 2:30 ਵਜੇ ਤੱਕ 9:30 ਤੋਂ 2:30 ਵਜੇ ਤੱਕ ਤੇ ਐਂਡ ਤੱਕ ਪੂਰਾ ਖਤਮ ਕੁਛ ਨਹੀਂ ਬਚਣਾ ਸੋਡਾ ਹੀ ਉਹਨਾਂ ਕੋ ਬਣਾਉਣਾ ਜਿਹੜਾ ਲੱਗ ਜਾਏ ਅਜੇ ਸਵੇਰ ਦਾ ਟਾਈਮ ਹੈ ਜੇ ਪਹਿਲੇ ਲੱਗਣ ਦੇ ਆ ਤੇ ਤੁਸੀਂ ਹਾਲ ਦੇਖ ਲਓ ਇੱਥੇ ਕਿੰਨਾ ਤੇ ਦੁਪਹਿਰੇ ਕਿੰਨਾ ਰਸ਼ ਹੋਏਗਾ ਇੱਥੇ ਗਾਈਜ਼ ਇੱਥੋਂ ਕਹਿੰਦੇ ਦੂਰੋਂ ਦੂਰੋਂ ਲੋਕੀ ਆਉਂਦੇ ਨੇ ਖਾਣ ਇੱਥੋਂ ਕੁਲਚੇ ਦੂਰ ਦੂਰ ਦਾ ਬਹੁਤ ਦੂਰ ਤੇ ਕਹਿੰਦੇ 70 ਰੁਪਏ ਪ੍ਰਾਈਸ ਹੈ ਇਹਦਾ ਬਸ ਤੇ ਪੂਰੀ ਕਹਿੰਦੇ ਲੱਗ ਕਹਿੰਦੇ 70 ਰੁਪਏ ਵਰਤ ਲੱਗਦੇ ਨੇ ਇੱਥੇ ਖਰਚੇ ਵੀ ਪੂਰੇ 70 ਰੁਪਏ ਦਾ ਤੁਹਾਨੂੰ ਪਤਾ ਨਹੀਂ ਲੱਗਣਾ 70 ਰੁਪਏ ਲਏ ਆ ਦੇਖੋ ਤੁਸੀਂ ਕਿੰਨਾ ਕੁਝ ਹੈਗਾ ਵਿੱਚ ਸਵੀਟ ਕੌਰਨ ਮਟਰ ਸਾਰੀਆਂ ਗਾਈਜ਼ ਸਬਜ਼ੀਆਂ ਮਿਕਸ ਕੀਤੀਆਂ ਨੇ ਐਵੇਂ ਨਹੀਂ ਗਾਈਜ਼ ਪੈਟੀ ਕੁਲਚੇ ਦਾ ਨਾਮ ਮਸ਼ਹੂਰ ਤੇ ਭਾਜੀ ਇੱਕ ਵਾਰੀ ਆਪਣਾ ਐਡਰੈਸ ਦੱਸ ਦਿਓ ਸਾਰਿਆਂ ਨੂੰ ਕਾਰ ਪਾਰਕਿੰਗ ਸਾਰਾਗੜੀ ਸਰਾਂ ਦੇ ਨਾਲ ਕਾਰ ਪਾਰਕਿੰਗ ਸਾਰਾਗੜੀ ਸਰਾਂ ਦੇ ਨਾਲ ਅੰਦਰ ਨੂੰ ਗਲੀ ਆਉਂਦੀ ਆ ਲੈਫਟ ਸਾਈਡ ਤੇ ਦੁਕਾਨ ਆ ਭਾਜੀ ਦੀ ਰਾਮ ਪੈਟੀ ਕੁਲਚਾ ਗੂਗਲ ਤੇ ਲੋਕੇਸ਼ਨ ਮਾਰੋ ਤਾਂ ਪਤਾ ਲੱਗ ਜਾਏ ਤੇ ਭਾਈ ਵੀ ਗੂਗਲ ਤੇ ਵੀ ਲੋਕੇਸ਼ਨ ਹੈਗੀ ਗੂਗਲ ਤੇ ਲੋਕੇਸ਼ਨ ਮਾਰੋਗੇ ਤੇ ਤੁਹਾਨੂੰ ਸਿੱਧਾ ਆ ਜਾਏਗਾ ਚੈੱਕ ਕਰੋ ਮਿੱਤਰੋ ਕੁਲਚਾ ਪੂਰਾ ਕ੍ਰਿਸਪੀ ਹੋਇਆ ਹੋਇਆ ਇਸ ਟਾਈਮ ਘਿਓ ਲੱਗੇਗਾ ਪੂਰਾ ਕਹਿੰਦੇ ਘਿਓ ਚ ਡੁੱਬਣ ਜਾਣ ਲੱਗੇ ਨੇ ਕੁਲਚੇ ਚਾਰ ਦੋ ਹੁਣ ਤੁਹਾਡੇ ਸਾਹਮਣੇ ਇੰਨੇ ਕੁਲਚੇ ਨਿਕਲੇ ਪਤਾ ਨਹੀਂ ਲੱਗਣਾ ਕਿੱਥੇ ਜਾਣੇ ਸਾਰੇ ਭਾਈ ਤੇ ਮਿੱਤਰੋ ਇਸ ਟਾਈਮ ਕੁਲਚੇ ਸਾਰੇ ਨਿਕਲ ਚੁੱਕੇ ਆ ਰਹਿ ਗਏ ਦੋ ਕੁਲਚੇ ਰਹਿ ਗਏ ਵਿੱਚ ਤੇ ਜਦੋਂ ਅਗਲੇ ਲੱਗਣੇ ਆ ਉਹ ਤੁਹਾਡੇ ਸਾਹਮਣੇ ਦੇਖ ਲਓ ਕੁਲਚੇ ਫਟਾਫਟ ਜਾਂਦੇ ਨੇ ਉੱਧਰ ਦਿਖਾਓ ਜੀ ਉਹਦੀ ਕਟਿੰਗ ਪੂਰੀ ਪੀਸ ਕਰਕੇ ਦਵਾਂਗੇ ਫਟਾਫਟ ਜਾਣੇ ਕੁਲਚੇ ਲੋ ਗਾਈਜ਼ ਕਹਿੰਦੇ ਆਪਣਾ ਕੁਲਚਾ ਵੀ ਆ ਚੁੱਕਿਆ ਹੈ ਲੋ ਮਿੱਤਰੋ ਦੇਖ ਸਕਦੇ ਹੋ ਤੁਸੀਂ ਕੁਲਚਾ ਪੂਰਾ ਕ੍ਰਿਸਪੀ ਪੂਰਾ ਦਿਖਾਉਂਦੇ ਆ ਤੁਹਾਨੂੰ ਬਾਕੀ ਵੀ ਆ ਚਟਨੀਆਂ ਉਧਰ ਗੱਲ ਆ ਛੋਲੇ ਭਈ ਚਟਨੀ ਕਾਦੀ ਕਰੀ ਜੀ ਇਹ ਚਟਨੀ ਨਹੀਂ ਇਮਲੀ ਦੀ ਭਾਜੀ ਇਮਲੀ ਪੁਦੀਨਾ ਦੀ ਚਟਨੀ ਦੀ ਜੀ ਪੁਦੀਨਾ ਕਾਇ ਪਾਇਆ ਸਬੂਤਾ ਠੀਕ ਹੈ ਠੀਕ ਉਹ ਵੀ ਮਿੱਤਰੋ ਕੁਲਚਾ ਤਿਆਰ ਆ ਤੁਹਾਡੇ ਸਾਹਮਣੇ ਕ੍ਰਿਸਪੀ ਕੁਲਚਾ ਲਓ ਜੀ ਆ ਦੇ ਕਹਿੰਦੇ ਗੁਰਦਿੱਤ ਵੀ ਹੁਣੀ ਹੁਣ ਇੱਕ ਬਾਈਟ ਲੈ ਕੇ ਦਿਖਾਉਣਗੇ ਹੱਥ 'ਚ ਨਹੀਂ ਆਉਂਦਾ ਟੁੱਟੀ ਜਾਂਦਾ ਇੰਨਾ ਕ੍ਰਿਸਪੀ ਆ ਕਹਿੰਦੇ ਥੋੜ੍ਹੀ ਜਿਹੀ ਲਾਉਣਗੇ ਚਟਨੀ ਮੁੰਡੇ ਅਤੇ ਥੋੜ੍ਹੇ ਜਿਹੇ ਪਾਉਣਗੇ ਛੋਲੇ ਥੋੜ੍ਹੇ ਜਿਹੇ ਹੋਰ ਆਉਣ ਦਿਓ ਮੈਂ ਕਿਹਾ ਬਹੁਤ ਵਾਰ ਕਹਿੰਦੇ ਸਾਰੇ ਚੱਖੋ ਤੁਸੀਂ ਖਾਣਾ ਪੈਣਾ ਚਟਨੀ ਲਾਓ ਭਾਈ ਨਾਲ ਚਟਨੀ ਯਾਰ ਮਾੜੇ ਜੇ ਥੋੜੇ ਦਾ ਰੱਖ ਲਈ ਆਪਾਂ ਉੱਤੇ ਪਿਆਜ ਨਾਲ ਰੱਖ ਕੇ ਚਨੇ ਕਿਆ ਬਾਤ ਹੈ ਕਿਆ ਬਾਤ ਹੈ ਗਾਈ ਸਾਰਾ ਹੀ ਸਵਾਰ ਕਹਿੰਦੇ ਕਿ ਉਹਦਾ ਆਉਂਦਾ ਰੇ ਦਿਲ ਗਾਰਡਨ ਗਾਰਡਨ ਹੋ ਗਿਆ ਗਾਈ ਦਿਲ ਗਾਰਡਨ ਗਾਰਡਨ ਦੇਖੋ ਯਾਰ ਬਾਕੀ ਗੱਲਾਂ ਦੀਆਂ ਗੱਲਾਂ
कुलचा पूरा क्रिस्पी है, देखो कितों भी कुलचा खाओगे ना मित्रों इतना क्रिस्पी कुलचा नहीं मिलना थानू। बंदे दवाने ही फिरदे इन्हां दे प्यार गल मेन प्यार दी हुंदी आ कुलचा 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 खा लिया ढेड अपना हो गया हुण हैवे हुण मैं कि चली भाजी आप चलिए ज्ञान लस्सी आले को ज्ञान लस्सी हर बाजार हां जी ज्ञान लस्सी बिखाइए चलिए चलो फिर उ चलते मशहूर लोप ही गई आप पहुंच चुके हैं ज्ञानी ज्ञानी एक ज्ञान ज्ञानी को दो है एक ज्ञान एक ज्ञानी गोल्डन फेमस दोवे पुरानी दुकाना वा हूँ थोड़ा वक् वक् हो गया हिसाब किताब चलो ज्ञानी को पीने आप पहुंच चुके हैं कोई गल नहीं बनाओ जी मित्रों पेड़े लिए लस्सी तैयार होने लगी है हूँ किन्ने दी पेड़े लिए लस्सी तैयार होने लगी है पेड़े लिए लस्सी पीने किन्ने दी है 100 रुपए दी 100 रुपए दी है गाइस चेक करो तुम आप देखो कि लस्सी बन आ आ हुंदा गाइस पेड़ा ते ओ दे विच रिलके जांदा सारे पित्तल दे भांडे आ आंदे ने पहले ही कहता कहंदे 10 मिनट लेंदे लस्सी बनदे लस्सी आप पीने एक ही ग्राइयर हैवी बड़ी होंगी है हाँ जी गाइज मुंडे कहते लस्सी लैन दी है लस्सी रेडी यार तुम देख सकते हो जो आप सवाल करते हैं मक्खन पा के दिता खाओ मारा सवाल कहते सर मशहूर दुकान हो लस्सी क्योंना सवाद हो लस्सी क्योंना सवाद हो कई होंगे वा उच्ची दुकान पिका पकवान पर कम नहीं है कहते लस्सी वाले तो मैं कहना वट कटे हुए ने इन्होंने लस्सी इन्नी कटारी सवाद है गल करनी जी स्टार्टिंग सीरीज का की झंझट पिया ऐतकी दसा की करने ऐतकी अहीं चाहुंदे आ कि तुहानूं आउटपुट अहीं वधिया देईए क्वालिटी फुल मिले तुहानूं वीडियो मैं कहना इन्नी जबरदस्त आ ना भी वेखोगे तुम कहो गए हाँ भी सच्ची टाइम लगना चाहिए टाइम लगा वा किसी वजह करके लगा वा तुहानू क्वालिटी वधिया दवांगे कली कली चीज तुहानू उस क्लीयर होगी गाइज नाले आपां यार की डबिंग भी करने आ पिछली बारी आपां वीडियो बनाउंदे सी ना आपां डबिंग नहीं करदे हुंदे कि चल कोई नहीं चाढ़ देने इतना ही तो यार की तुहानू साउंड क्वालिटी फुल मिलेगी बैकग्राउंड म्यूजिक फुल मिलेगा डबिंग करके डबिंग मेन गल होंदी वेखोगे कि हाँ भी कोई ना कोई सच्ची काम कीता होया वीडियो ते जिनी मेहनत वीडियो चलन की ना मित्रों अज तक मैं नहीं लगता किसी वीडियो की नहीं यह वीडियो नहीं उन्नी मेहनत हुई थोड़ा टाइम लगेगा बट चीज़ तुम्हें वधिया आएगी कोशिश करा इसे वीक च आप एपीसोड अपलोड कर देना
कोशिश पूरी रहेगी, बाकी तुहाडा साथ चाहिए नाल। ते सब तो जिहड़ी मेन गल जिहड़ा आपां ट्रेलर पाया ही उत्ते जिहड़ा सानूं कॉपीराइट आया, ओह क्यों आया ये हुण आप दस्सणगे गल। इस तरह ही आ, कॉपीराइट आना नहीं सी, असीं नॉन कॉपीराइट म्यूजिक चुकिया वा यूट्यूब वालों, यूट्यूब नॉन कॉपीराइट म्यूजिक दिंदी आ, ठीक है। ट्रेलर का म्यूजिक आपां उत्थों चुकिया वा, ते जदों आपां वीडियो पाती ना दो दिन बाद कॉपीराइट आ गया मैनूं, ते मैं मेल पाई यूट्यूब नूं, असीं मेल पाई यूट्यूब नूं, ते फिर सानूं पता लगा वा कि कोई वड्डा क्रिएटर आ उहने म्यूजिक यूज कीता यूट्यूब दा। उन्हें म्यूजिक यूज करन तो बाद वो कहता कि ये म्यूजिक मेरा हैगा वा, तो उन्हें जेड़ा भी बंदा यूज करूँगा अगों वो वीडियो नू, ते उते कॉपीराइट पै जाए। तो अं पहला तो यूज़ किया ही, उन्हें दो दिन बाद यूज किया वा म्यूजिक, क्योंकि वो वड्डा क्रिएटर ऑफकोर्स फिर साढ़े कॉपीराइट आना, अं जो स्टार्टअप है ना नहीं लै सकते, ना आप लै नहीं सकते, तुम भी समझदार हो, तो करके साडा कॉपीराइट आया उत्ते। बाकी बाबा रखण वाला वा आपे रखेगा, कोई गल नहीं। ते गाइस चलो मिलते हैं फिर आप तुम अगले ब्लॉगों के, हम दो दिन आप फूड ब्लॉग पावे, इंजॉय करो, प्यार करते रहो सानू, इतना ही हुण थोड़ा रेगुलर होने की सोचने आप। चलो मिलते थानू अगली वीडियो, सीरीज वेखना ना भुलो, जिन्हें ट्रेलर नहीं वेख्या ट्रेलर देखो, तो आई बटन से शो हुंदा होना ट्रेलर, ट्रेलर देखो, तो चैनल कर लो सबसक्राइब, तो वीडियो कर दो लाइक जी वीडियो वधिया लगी। तो चलो गाइस चलते हैं, टेक केयर गाइस, बाय बाय, रब रखे।